ਮੇਰਾ ਨਾਮ ਸਿਕੰਦਰ ਸਿੰਘ ਜੀ, ਭਾਈ ਪਰਮਜੀਤ ਸਿੰਘ, ਭਾਈ ਚਰਨਜੀਤ ਸਿੰਘ ਦੇ ਨਾਲ। ਸੋ ਅੱਜ ਅਸੀਂ ਕਲੇ ਕਲਾਂ ਦੇ ਵਿੱਚ ਵਰਲਡ ਕੇਅਰ ਕੈਂਸਰ ਵੱਲੋਂ ਕੈਂਪ ਲਗਾਇਆ ਗਿਆ ਜੀ। ਇਹਦੇ ਵਿੱਚ ਮੁਫਤ ਦਵਾਈਆਂ ਅਤੇ ਸਾਰੀਆਂ ਟੈਸਟ ਫ੍ਰੀ ਕੀਤੀ ਗਈ, ਜਿਹਦੇ ਵਿੱਚ 600 ਤੋਂ ਵੱਧ ਮਰੀਜ਼ਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੋਈ ਅਤੇ ਉਹਨਾਂ ਵਿੱਚੋਂ ਸਾਰਿਆਂ ਨੂੰ ਸਪੈਸ਼ਲ ਡਾਕਟਰਾਂ ਵੱਲੋਂ ਚੈੱਕ ਕੀਤਾ ਗਿਆ ਜੀ। ਫੀਮੇਲਸ ਵਾਸਤੇ ਫੀਮੇਲ ਡਾਕਟਰਸ ਅਤੇ ਮੇਲਸ ਵਾਸਤੇ ਮੇਲ ਡਾਕਟਰ ਜੀ, ਜਿੱਦਾਂ ਬੜੀ ਵਧੀਆ ਸਰਵਿਸ ਦਿੱਤੀ ਗਈ ਸੈਪਰੇਟ ਉਹਨਾਂ ਵਾਸਤੇ। ਅਤੇ ਜਿਨ੍ਹਾਂ ਨੂੰ ਜ਼ਰੂਰਤ ਸੀ ਉਹਨਾਂ ਸਾਰਿਆਂ ਦੇ ਸਾਰੇ ਟੈਸਟ ਵੀ ਕੀਤੇ ਗਏ ਬੱਸਾਂ ਦੇ ਵਿੱਚ। ਅਤੇ ਮਸ਼ੀਨਾਂ ਬੜੀ ਵਧੀਆ ਤਰੀਕੇ ਨਾਲ ਇਹਨਾਂ ਨੇ ਬੱਸਾਂ ਦੇ ਵਿੱਚ ਜਿਹੜੀ ਫਿਟਿੰਗ ਕੀਤੀ ਹੈ। ਅਤੇ ਬਹੁਤ ਵਧੀਆ ਸਿਸਟਮੈਟਿਕਲੀ ਨਾਲ ਸਾਰਾ ਕੰਮ ਹੋਇਆ। ਔਰ ਇਹਨਾਂ ਦਾ ਜਿਹੜਾ ਆਰਗਨਾਈਜੇਸ਼ਨ ਹੈ ਸਾਰੀ ਚੀਜ਼ਾਂ ਦਾ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਔਰ ਬਹੁਤ ਫਰੈਂਡਲੀ ਤਰੀਕੇ ਨਾਲ ਸਟਾਫ ਪੇਸ਼ੈਂਟ ਨੂੰ ਜਿੱਦਾਂ ਐਕਸਪਲੇਨ ਵੀ ਕਰਦੇ ਨੇ, ਜਿਹੜੀ ਉਹਨਾਂ ਨੂੰ ਸਲਾਹ ਚਾਹੀਦੀ ਹੈ ਸਾਰੀ ਸਲਾਹ ਦਿੰਦੇ। ਇਸ ਤੋਂ ਇਲਾਵਾ ਸਾਰਾ ਪੇਪਰ ਵਰਕ ਜਾਂ ਜਿਹੜੀਆਂ ਰਿਪੋਰਟਾਂ ਕਿੱਦਾਂ ਭੇਜਣੀਆਂ ਨੇ ਉਹਨਾਂ ਦੇ ਸਾਰਾ ਸਿਸਟਮੈਟਿਕਲੀ ਕੰਮ ਚੱਲਦਾ ਹੈ। ਸੋ ਅਸੀਂ ਵਰਲਡ ਕੇਅਰ ਕੈਂਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸੋ ਉਹਨਾਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਕਰਦੇ ਹਾਂ। ਹਾਂਜੀ, ਅਸੀਂ ਚਾਹੁੰਦੇ ਹਾਂ ਕਿ ਅੱਗੇ ਵੀ ਵਰਲਡ ਕੇਅਰ ਕੈਂਸਰ ਇਸ ਤੋਂ ਵੱਧ ਚੜ੍ਹ ਕੇ ਇੱਦਾਂ ਹੀ ਕੰਮ ਕਰਦੇ ਹਾਂ ਔਰ ਲੋਕ ਇਹਨਾਂ ਦਾ ਫਾਇਦਾ ਲੈਂਦੇ ਰਹਿਣ। ਸੋ ਲੋਕਾਂ ਨੂੰ ਵੀ ਗੁਜ਼ਾਰਿਸ਼ ਹੈ ਜੀ ਕਿ ਜਿੱਥੇ ਵੀ ਕੈਂਪ ਲੱਗਦੇ ਆ ਉਹ ਆਪਣਾ ਵੱਧ ਚੜ੍ਹ ਕੇ ਆਉਣ ਅਤੇ ਆਪਣਾ ਟੈਸਟ ਕਰਵਾ ਕੇ ਅਸੀਂ ਇਹਦਾ ਫਾਇਦਾ ਜ਼ਰੂਰ ਚੱਕਣ।